ਕਵਨਾਂ ਛੁੜੇ ਖੇ ਵਾਹਿਗੁਰਜੀ ਦਾ ਖਾਲਸਾ ਵਾਜੀ ਫਤਿਹ ਜਸਵਿੰਦਰ ਸਿੰਘ ਇਨਕਲਾਬ ਟੀਵੀ ਮੇਰੇ ਵੀਰੇ ਜਿਸ ਤਰ੍ਹਾਂ ਤੁਹਾਡਾ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਸੋ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਪਤਾ ਹੈ ਪਹਿਲਾਂ ਇੱਥੋਂ ਗਏ ਅਸੀਂ ਟ੍ਰਾਂਟੋ ਦੇ ਵਿੱਚ ਕਵਰ ਅਪ ਕੀਤਾ ਤੇ ਪਹਿਲਾਂ ਮੈਨੂੰ ਆਪਣੀ ਕਮੇਟੀ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉੱਥੇ ਬਹੁਤ ਸਕਸੈਸਫੁਲ ਆ ਜਿਹੜਾ ਆ ਹੰਗਾਰਾ ਮਿਲਿਆ ਤੇ ਵੋਟਾਂ ਮੇਰੇ ਖਾਲ 110000 ਤੋਂ ਜ਼ਿਆਦਾ ਵੋਟਾਂ ਪਈਆਂ ਬ੍ਰੈਂਪਟਨ ਸਿਟੀ ਟ੍ਰਾਂਟੋ ਦੇ ਵਿੱਚ ਪਹਿਲਾਂ ਮੇਰੇ ਵੱਲੋਂ ਹਿੰਦੂ ਵੀਰਾਂ ਨੂੰ ਨਮਸਤੇ ਇਹ ਹਿੰਦੂ ਵੀਰਾਂ ਨੂੰ ਨਮਸਤੇ ਸਿੱਖ 크ਰਿਸਚੀਅਨ ਵੀਰਾਂ ਨੂੰ ਗੁੱਡ ਈਵਨਿੰਗ ਐਂਡ ਮੁਸਲਮਾਨ ਵੀਰਾਂ ਨੂੰ ਅਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕਮਿਊਨਿਟੀ ਐਂਡ ਵੈਲਕਮ ਆਨ ਇਨ ਕਲਬ ਟੀਵੀ ਤੇ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਹਾਜ਼ਰ ਲੈ ਕੇ ਆਏ ਆ ਉਹ 21 ਸਤੰਬਰ ਜਿਹੜਾ ਹੈਗਾ ਆ 1960 ਨੂੰ ਇੱਕ ਆਕਾ ਇੰਦਰਜੀਤ ਸਿੰਘ ਦਾ 10 ਸਾਲ ਦਾ ਮੁੰਡਾ ਸਾ ਜਿਹੜਾ ਹੈਗਾ ਉਹਨੂੰ ਚੱਕ ਕੇ ਉਹ ਪੰਜਾਬੀ ਸੂਬੇ ਦੀ ਉਸ ਟੇ ਮੰਗ ਸੀ ਉਹਨੂੰ ਚੱਕ ਕੇ ਖੂਹ ਦੇ ਵਿੱਚ ਸੁੱਟਿਆ ਗਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰੀ ਸਟੋਰੀ ਜਿਹੜੀ ਹੈਗੀ ਆ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਤੇ ਇਹ ਪ੍ਰੋਗਰਾਮ ਇਸ ਟਾਈਮ YouTube ਤੇ ਚੱਲ ਰਿਹਾ Facebook ਤੇ ਚੱਲ ਰਿਹਾ ਔਰ Twitter ਤੇ ਚੱਲ ਰਿਹਾ ਜਿੰਨੇ ਵੀ ਹੋ ਸਕਦਾ ਮੇਰੇ ਵੀਰ ਜੋੜਨ ਦੀ ਕੋਸ਼ਿਸ਼ ਕਰੋ ਫੋਨ ਨੰਬਰ 2864123484 21 ਸਤੰਬਰ 1960 ਮੇਰਾ ਜਨਮ ਮੇਰੇ ਵੀਰ ਹੈਗਾ ਸਿਰਫ 0660 ਦਾ ਮੇਰੇ ਵਰਥ ਹੈ ਪਈ ਇਹ ਜਿਹੜਾ ਹੈਗਾ ਆ ਇਹ 3-4 ਮਹੀਨੇ ਮੇਰੇ ਜਨਮ ਤੋਂ ਬਾਅਦ ਹੀ ਹੋਇਆ 21 ਸਤੰਬਰ 1960 ਨੂੰ ਜਿਹੜਾ ਇਹ ਵੇ ਉਹਦੇ ਬਾਰੇ ਥੋੜੀ ਜਿਹੀ ਪੂਰੀ ਸਟੋਰੀ ਆਪਾਂ ਪੜਦੇ ਆ ਸਾਡੇ ਕੋਸ਼ਿਸ਼ ਇਨਕਲਾਬ ਟੀਵੀ ਤੇ ਇਹੀ ਹੈ ਵੀ ਸਾਡੇ ਨੇ ਕਿੰਨੇ ਕਿੰਨੇ ਆਪਣੇ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ ਕੀ ਕੀ ਸਾਡੇ ਨਾਲ ਹੋਇਆ ਉਸ ਟਾਈਮ ਪੰਜਾਬੀ ਸੂਬੇ ਦੀ ਮੰਗ ਜਿਹੜੀ ਹੈ ਬੜੀ ਤੁਹਾਨੂੰ ਪਤਾ ਹੈ ਸਾਨੂੰ ਪੰਜਾਬੀ ਸੂਦਾ ਸੂਬਾ ਜਿਹੜਾ ਕਿਸ ਤਰ੍ਹਾਂ ਤੋੜ ਮੋੜ ਕੇ ਇੱਕ ਲੰਗੜਾ ਸੂਬਾ ਦਿੱਤਾ ਗਿਆ ਕਿਸ ਤਰ੍ਹਾਂ ਅੱਦੇ ਨਾਲੋਂ ਜ਼ਿਆਦਾ ਹਰਿਆਣਾ ਜਿਹੜਾ ਹੈਗਾ ਸਾਡਾ ਪੰਜਾਬੀ ਬੋਲ ਦਾ ਪੂਰਾ ਹਰਿਆਣਾ ਪੰਜਾਬ ਦੇ ਵਿੱਚ ਆ ਉਹ ਪੂਰਾ ਕਿਸ ਤਰ੍ਹਾਂ ਖਤਮ ਕਰ ਦਿੱਤਾ ਗਿਆ ਜੇ ਹਿਮਾਚਲ ਸਾ ਫਿਰ ਚੰਡੀਗੜ੍ਹ ਫਿਰ ਰਾਜਸਥਾਨ ਦਾ ਬਹੁਤ ਜਿਹੜਾ ਇਲਾਕਾ ਹੈਗਾ ਸਭ ਉਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਰਾਸਥਾਨ ਦੇ ਵਿੱਚ ਮਿਲਾ ਦਿੱਤਾ ਗਿਆ ਸੋ ਇਹ ਗੇਰ ਗੱਲੀਆਂ ਅੱਜ ਉਹਦੇ ਵਿੱਚੋਂ ਗੱਲ ਜਿਹੜੀ ਹੈਗੀ ਹੈ ਕਿ 21 ਸਤੰਬਰ ਨੂੰ 1960 ਚ ਕੀ ਹੋਇਆ ਇਹ ਆਪਾਂ ਸਟੋਰੀ ਜਿਹੜੀ ਹੈ ਥੋੜੀ ਆਪਣੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਤੇ 21 ਸਤੰਬਰ 1960 ਦੇ ਦਿਨ ਚ ਕੀ ਹੋਇਆ ਆ ਦੇ ਦਿਨ ਕਰਨਾਲ ਦੇ ਕੁਝ ਨਿੱਕੇ ਦੋ ਬੱਚੇ ਪੰਜਾਬੀ ਸੁਭਾ ਜਿੰਦਾਬਾਦ ਦੇ ਨਾਰੇ ਲਾਉਂਦੇ ਘੁੰਮ ਰਹੇ ਸਨ ਇਹਨਾਂ ਦਾ ਇਹਨਾਂ ਚੋਂ ਭਵਿੰਦਰਾ ਭਵਿੰਦਰਾ ਹਾਈ ਸਕੂਲ ਮੋਗਾ ਦਾ ਪੰਜਵੀਂ ਜਮਾਤ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਬੀਸੀ ਜੋ ਕਰਨਾਲ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ ਕਾਕਾ ਇੰਦਰਜੀਤ ਸਿੰਘ ਪੂਰੇ ਜੋਸ਼ ਨਾਲ ਹੋਰਨਾਂ ਬੱਚਿਆਂ ਨਾਲ ਪੰਜਾਬੀ ਸੂਬਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਨਾਰੇ ਲਗਾ ਰਿਹਾ ਸੀ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਤੇ ਨਾਰੇ ਬੰਦ ਕਰਨ ਲਈ ਦਬਾਅ ਪਾਉਣ ਲੱਗੇ ਇਸਤੇ ਕਾਕਾ ਇੰਦਰ ਸਿੰਘ ਨੇ ਅੱਗੇ ਆ ਕੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਅਸੀਂ ਡਰਨ ਵਾਲਿਆਂ ਚੋਂ ਨਹੀਂ ਹਾਂ ਕਿਉਂਕਿ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ ਆਏ ਇਸ ਕਰਕੇ ਜਵਾਬ ਤੇ ਪੁਲਿਸ ਵਾਲੇ ਪੜਕੁੱਠੇ ਤੇ ਦਰਿੰਗ ਦੀ ਦਰਿੰਗ ਦਰਿੰਗ ਦੀ ਤੇ ਉੱਤਰ ਆਏ ਤੇ ਬੱਚੇ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਾਣੇ ਮਾਰਨੇ ਹੋਏ ਕਹਿਣ ਲੱਗੇ ਕਿ ਆਪਣੇ ਗੁਰੂ ਨੂੰ ਬੁਲਾ ਕੇ ਉਹ ਤੈਨੂੰ ਬਚਾ ਲਏ ਕਿਉਂਕਿ ਹੁਣ ਤੂੰ ਮਰਨ ਜਾ ਰਿਹਾ ਹੈ ਤੋਂ ਮੇਰੇ ਵੀਰੋ ਉਸ ਟਾਈਮ ਉਹ ਹਾਲਾਤ ਸੀ ਸਾਡੇ ਜੋ ਅੱਜ ਹਾਲਾਤ ਹੈਗੇ ਅੱਦ ਉਸੇ ਮੁੱਦਾਂ ਦੇ ਹਾਲਾਤ ਹੈ 1960 ਵਿੱਚ ਵੀ ਕੋਈ ਜ਼ਿਆਦਾ ਦੂਜੇ ਨਹੀਂ ਸੀ ਅ ਬਹਾਦਰ ਪਚੰਗੀ ਸਿੰਘ ਗੜਜਿਆ ਕੇ ਸਿੰਘਾਂ ਨੇ ਕਿਸਮਤ ਚ ਸ਼ਹੀਦ ਹੋਣਾ ਹੀ ਲਿਖਿਆ ਹੈ ਤੇ ਜਿਕਾਰੇ ਲਗਾਉਂਦਾ ਹੋਏ ਕਹਿਣ ਲੱਗਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦੇ ਛੋਟੀ ਉਮਰ ਸ਼ਹੀਦ ਹੋ ਸਕਦੇ ਤਾਂ ਮੈਂ ਵੀ ਉਸ ਸਰਫਦਾਨੀ ਸਰ ਸਰਫਦਾਨੀ ਦਾ ਸਿੰਘ ਹੋ ਕੇ ਸ਼ਾਇਦ ਕਿਉਂ ਨਹੀਂ ਹੋ ਸਕਦਾ ਇਸ ਤੋਂ ਬਾਅਦ ਜੋ ਕੈਰ ਇਸ ਬੱਚੇ ਤੇ ਵਾਪਰਿਆ ਆ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸਾਕਾ ਸੀ ਇਸ ਬੱਚੇ ਨੂੰ ਬਹੁਤ ਕੁੱਟਿਆ ਗਿਆ ਫਿਰ ਲੱਤਾਂ ਜ਼ਖਮੀ ਲੱਤਾਂ ਫਿਰ ਲੱਤਾਂ ਗੋਲੀਆਂ ਨਾਲ ਛੁੱਟੀਆਂ ਤੇ ਫਿਰ ਇਸ ਮਾਸੂਮ ਤੋਂ ਪਹਿਲਾਂ ਤੋਂ ਹੀ ਜ਼ਖਮੀ ਵਾਂ ਤੇ ਤਸੀਹੇ ਦੇ ਕੇ ਵੜ ਦਿੱਤੀ ਬੱਚਾ ਬੱਚਾ ਲਗਾਤਾਰ ਜਗਾਰੇ ਗਾਜਰਾ ਰਹਾ ਗਜਾਲਾ ਰਹਾ ਪੁਲਸਵਾਰਾਂ ਨੇ ਦਰਿੰਦੀ ਦੀ ਇੱਥੇ ਕੀ ਬਸ ਨਹੀਂ ਅੰਤ ਜਾਕੀ ਹਾਲਤ ਵਿੱਚ ਖੂਹ ਵਿੱਚ ਸੁੱਟ ਦਿੱਤਾ ਗਿਆ ਮੇਰੇ ਵੀਰ ਉਸ ਟਾਈਮ ਹਲਾਸੇ ਸਾਡਾ ਵੀਰ ਭਾਈ ਇੰਦਰਜੀਤ ਸਿੰਘ ਖੂਹ ਵਿੱਚ ਹੀ ਸ਼ਹਾਦਤ ਪਾ ਗਿਆ ਇਸ ਵੀਰ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਵੇਗੀ ਇਹ ਪਚੰਗੀ ਇਹ ਪਚੰਗੀ ਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਚ ਵੀ ਲੱਗੀ ਹੋਈ ਹੈਗੀ ਹੈ ਅੰਤ ਇੱਕ ਬੇਨਤੀ ਕਰਦਾ ਚਾਹੁੰਦਾ ਹਾਂ ਅੰਤਿਕ ਬੇਨਤੀ ਕਰਨਾ ਵੀਰ ਆਪਣਾ ਲਿਖਦਾ ਹੈ ਰਾਈਟਰ ਲਿਖਦਾ ਅੰਤਿਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦ ਦਵੀਰਵਾਰ ਸਾਹਿਬ ਜਾਓ ਉੱਥੇ ਜੈਵਕਰ ਜ਼ਰੂਰ ਜਾਇਆ ਕਰੋ ਖਾਸ ਕਰਕੇ ਜਦੋਂ ਬੱਚੇ ਸਾਥ ਹੋਣ ਤਾਂ ਉਹਨਾਂ ਨੂੰ ਪਿਤਾ ਨੂੰ ਵੀ ਲੱਗੇ ਕਿ ਸਾਡੇ ਬਜ਼ੁਰਗ ਕੌਮ ਲਈ ਇਹ ਕਹਲਣਾ ਕੀ ਕੀ ਕਹਲਣਾ ਕਾਲੀਆਂ ਹਨ ਇਹ ਗੁਰਚਰਨ ਸਿੰਘ ਸੋਲ ਨੇ ਆਪਣੀ ਛੋਟੀ ਜਿਹੀ ਇੱਕ ਜਿਹੜੀ ਹੈਗੀ ਆ ਤੁਹਾਨੂੰ ਨੌਲੇਜ ਗਿਆਨ ਉਹਨੇ ਇੱਕ ਸਟੋਰੀ ਲਿਖੀ ਆ ਜੋ ਮੈਂ ਤੁਹਾਡੇ ਨਾਲ ਚਾਹੁੰਦੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਵੀਰੋ ਇਹ ਤੁਹਾਨੂੰ ਦੱਸਦਾ ਆ ਜੋ ਉਸ ਟਾਈਮ ਸਾਡੇ ਹਾਲਾਤ ਸੇ ਅੱਜ ਵੀ ਹਾਲਾਤ ਉਹੀ ਹੈ ਏ ਬਲਜਿੰਦਰ ਸਿੰਘ ਮੰਡ ਹਾਂਜੀ ਵਾਈ ਖਾਲਸਾ ਵਾਜੀ ਕਿਤੇ ਬਹੁਤ ਬਹੁਤ ਤਮਾਦ ਸਿੰਘ ਸਾਹਿਬ ਜੀ ਪਾਰਟਿਸਪੇਟ ਕਰਨ ਦਾ ਫੋਨ ਨੰਬਰ 206 4123484 ਇਹ ਮੇਰੇ ਵੀਰੋ ਮੈਂ ਇੰਗਲਿਸ਼ ਦੇ ਵਿੱਚ ਵੀ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰਦਾ ਔਨ ਦਾ ਟੂਡੇ ਇਨ 1960 ਕਾਕਾ ਇੰਦਰਜੀਤ ਸਿੰਘ ਏ 10 ਇਅਰ 올ਡ ਕਿਲਡ ਵਾਈ ਫੋਰਸਲੀ ਡਰਾਪਿੰਗ ਹਿਮ ਇਨ ਦਾ ਵੈਲ ਐਟ ਕਰਨਾਲ ਹਿਸ ਕ੍ਰਾਈਮ ਵਾਜ਼ ਰੇਜ਼ਿੰਗ ਫਰੋ ਪ੍ਰੋ ਪੰਜਾਬੀ ਸੂਬਾ ਸਲੋਗਨ ਤੇ ਉਹ ਆਪਣਾ ਇੱਕ ਪੰਜਾਬੀ ਸੂਬੇ ਦੀ ਜਿਹੜੀ ਹੈਗੀ ਆ ਮੰਗ ਕਰਦਾ ਸਾ ਜਿਹਦੇ ਕਰਕੇ ਉਹਦੇ ਨਾਲ ਇਹ ਪਾਣਾ ਵਾਪਰਿਆ ਜਿਹਦਾ ਮੈਂ ਤੁਹਾਨੂੰ ਤੁਹਾਨੂੰ ਪੰਜਾਬੀ ਦੱਸਿਆ ਕਿਸ ਤਰ੍ਹਾਂ ਇੱਕ 10 ਸਾਲ ਦੇ ਬੱਚੇ ਨੂੰ ਪਹਿਲਾਂ ਕੁੱਟਿਆ ਫਿਰ ਬਾਹ ਵੜ ਦਿੱਤੀ ਗਈ ਫਿਰ ਕਿਦਾਂ ਵਿਛੜ ਦਿੱਤਾ ਆ ਡੂਰਿੰਗ 1960 ਅ ਬੈਨ ਵਾਸ ਇੰਪੋਜ਼ਡ ਔਨ ਰੇਜ਼ਿੰਗ ਸਲੋਗਨ ਆਫ ਪੰਜਾਬੀ ਸੂਬਾ ਜਿੰਦਾਬਾਦ ਅਲੋਂਗ ਵਿਦ ਦਾ ਪੈਂਥਕ ਜਕਾਰਾ ਐਟ ਪਬਲਿਕ ਪਲੇਸ What during these days six children were freely raising Punjabi Subha Jindavad in street of Punjab while playing the same like this on 21 or 22 September? Some six children were raising Punjabi Suba Jindavad high school of Moga. He was came in Karnal in his relative house. This boy Kaka Indra Singh was freely raising. ਪੰਜਾਬੀ ਸੂਬਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਜੋ ਅੱਜ ਹਾਲਾਤ ਸਾਡੇ ਪੰਜਾਬ ਦੇ ਹੈਗੇ ਆ ਜੋ ਅੱਜ ਜਗਾ ਜਗਾ ਉੱਥੇ ਪ੍ਰੋਬਲਮਸ ਆ ਰਹੀਆਂ ਸੋ ਉਹੀ ਹਾਲਾਤ ਹੈ ਇਹ ਕਿਸੇ 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 ਟਾਈਮ ਵੀ ਕਿਸੇ ਨਾਲ ਵੀ ਹੋ ਸਕਦਾ ਹੈ ਸੋ ਜੋ ਹੁੰਦਾ ਆ ਰਿਹਾ ਮੈਂ ਫਿਰ ਇੱਥੇ ਤੁਹਾਨੂੰ ਇੰਟਰਰਪਟ ਰੁਕ ਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੇਰੇ ਵੀਰੋ ਅੱਜ ਦੀ ਜਿਹੜੀ ਹੈ ਸਾਡੀ ਹੱਕ ਸੱਚ ਦੀ ਲੜਾਈ ਆਪਸ਼ਨ ਜਿਹੜੀ ਆ ਆਜ਼ਾਦੀ ਲੜਨ ਦਾ ਢੰਗ ਜਿਹੜਾ ਹੈਗਾ ਇੱਕ ਆਪਾਂ ਤੁਹਾਨੂੰ ਪਤਾ ਟ੍ਰਾਂਟੋ ਦੇ ਵਿੱਚ ਜਿਹੜਾ ਆ ਰੈਫਰੰਡਮ ਦੀ ਗੱਲ ਹੋਈ 18 ਸਤੰਬਰ ਨੂੰ ਮੈਂ ਖੁਦ ਆਪਣੀ ਹਾਜ਼ਰੀ ਭਰੀ ਐ YouTube ਤੇ ਤੁਸੀਂ ਉੱਥੇ ਕਾਫੀ ਵੀਡੀਓ ਦੇਖ ਸਕਦੇ ਆ ਉੱਥੇ ਇੱਕ ਲੋਕਾਂ ਨੇ ਲੋਕ ਪੜ੍ਹ ਲਿਖ ਗਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਬੇਸਿਕ ਫੰਡਾਮੈਂਟਲ ਰਾਈਟਸ ਕੀ ਹੈਗੇ ਆ ਤੁਸੀਂ ਵੋਟਸ ਪਾ ਸਕਦੇ ਆ ਜੂਨੋ ਦੇ ਵਿੱਚ ਜੂਨੋ ਨੇ ਥਰੂ ਦਾ ਜੂਨੋ ਅੰਡਰ ਦਾ ਜੂਨੋ ਅਨ ਅਫੀਸ਼ੀਅਲੀ ਇਨ ਇੰਡੀਆ ਐਂਡ ਜੋ ਉੱਥੇ ਇਲੈਕਸ਼ਨ ਹੋਣੇ ਆ ਉੱਤੇ ਚੜ੍ਹਨ ਦਾ ਸਾਮਨ ਉਤੀ ਹੋਈ ਆ ਪਹਿਲਾਂ ਤੁਹਾਨੂੰ ਪਤਾ ਸਪੇਨ ਦੇ ਵਿੱਚ ਹੋਈ ਆ ਇੰਗਲੈਂਡ ਦੇ ਵਿੱਚ ਹੋਈ ਆ ਆਸਟ੍ਰੇਲੀਆ ਚ ਹੋਈ ਆ ਆ ਤੇ ਹੁਣ ਜਿਹੜਾ ਹੈਗਾ ਆ ਇਟਲੀ ਚ ਹੋਈ ਆ ਉਹਨੋਂ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਜਿਹੜਾ ਆ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਚ ਹੋਣੀ ਆ ਬ੍ਰੈਮਟਨ ਸਿਟੀ ਟ੍ਰਾਂਟੋ অন্ਟਾਰੀਓ ਦੇ ਵਿੱਚ ਹੋਈ ਆ ਤੋਂ ਬਹੁਤ ਚੜ੍ਹਦੀ ਕਲਾ ਲੋਕਾਂ ਦਾ ਬਹੁਤ ਹੰਗਾਰਾ ਸਾ ਮਤਲਬ ਪੁੱਛੋ ਨਾ ਤੁਸੀਂ ਲੋਕੀ ਇਹ ਸੋਚ ਲਿਆ ਵੀ ਸਾਨੂੰ ਖਾਲਿਸਤਾਨ ਤੋਂ ਮੇਰਾ ਸਾਡਾ ਗੁਜ਼ਾਰਾ ਨਹੀਂ ਹੈਗਾ ਅੱਗੇ ਮੇਰੇ ਵੀਰੋ ਅੱਗੇ ਆ ਜਾਓ ਮੈਂ ਪੜਨਾ ਆ ਜਿਤਨਾ ਉਹ ਆਪਣਾ ਕਾਕਾ ਇੰਦਰਜੀਤ ਸਿੰਘ ਜਿਹੜਾ ਆ ਨਾਰੇ ਵਾਹਿਗੁਰੂ ਆ ਖਾਲਸਾ ਬਾਜੀ ਖਤੇ ਬੋਲੇ ਸੋ ਨਾਲ ਸਸਰੀ ਕਾਲ ਦੇ ਨਾਰੇ ਹੋ ਇਨ ਸਟੇਟ ਆਫ ਕਨਾਲ ਐਟ ਦਾ ਟਾਈਮ ਸਮ ਹਿੰਦੂ ਹਰਿਆਣਵੀ ਪੁਲਿਸ ਅਫੀਸ਼ਰ ਸਟੈਂਡ ਨੀਅਰਬਾਈ ਅਰਾਊਂਡ ਐਂਡ ਆਸਕ ਹਿਮ ਟੂ ਸਟਾਪ ਰੇਜ਼ਿੰਗ ਸਲੋਗਨ ਆਫ ਪੰਜਾਬੀ ਸੂਬਾ ਜਿੰਦਾਬਾਦ ਹੀ ਸੈਡ ਆਈ ਏਮ ਸਨ ਆਫ ਗੁਰੂ ਗੋਬਿੰਦ ਸਿੰਘ ਜੀ ਐਂਡ ਆ ਡੂ ਨੋਟ ਅਫਰਡ ਫਰਮ ਐਨੀ ਮਨ ਮੇ ਮਾਈ ਵਾਹਿਗੁਰੂ ਆਲਵੇਸ ਵਿਦ ਮੀ ਦੈਨ ਦੋਜ਼ ਹਰਿਆਣਵੀ ਪੁਲਿਸ ਅਫੀਸ਼ਰ official start beating him and beating and taunted and kill him and uh, uh, taunted and kill uh, uh, kid call you guru you are going to die the brave jangi rod bi bi singh are fortunate to become shaheed and raise the raised slogans of and said if guru gobind singh ji children can be shaheed why i cannot be shaheed to us time ka ka inder ji singh ne ek gal kahi hai bhai je guru gobind singh de bacche char saheb jade ਇਹ ਸ਼ਾਹਤ ਦੇ ਸਕਦੇ ਮੈਂ ਕਿਉਂ ਨਹੀਂ ਦੇ ਸਕਦਾ ਤੇ ਉਹ ਮੇਰੇ ਵੀਰੋਂ ਆਪਣੀ ਸ਼ਾਹ ਦਿੱਤੀ ਆ ਬਰੇਪ ਚੰਗੀ ਰੋਡ ਵੀ ਵੀ ਸਿੰਘ ਵੀ ਸਿੰਗਸ ਆਰ ਫੋਰਚੂਨ ਟੂ ਬਕਮ ਅ ਸ਼ਹੀਦ ਐਟ ਦਾ ਰੇਜ਼ ਦਾ ਸਲੋਗਨ ਐਂਡ ਸੈਡ ਇਫ ਗੋਵਿੰਦ ਸਿੰਘ ਜੀ ਚਿਲड्रन ਕੈਨ ਬੀ ਸ਼ਹੀਦ ਬਾਏ ਆਈ ਕੈਨ ਨੋਟ ਬੀ ਸ਼ਹੀਦ ਥੈਨ ਦੋਜ਼ ਕਰੂ ਹਰਿਆਣਵੀ ਹਿੰਦੂ ਕੌਫਸ ਫਸ ਸ਼ੂਟੇ ਇਨ ਦਾ ਲੈਗ ਥੈਨ ਸਟਾਰਟਿੰਗ ਹਿਟਿੰਗ ਓਨ ਹਿਸ ਆਰਮ ਵਿਚ ਬੀਕਮ ਇੰਜਰਡ ਐਂਡ ਗਾਟ ਸੈਪਰੇਟ ਫਰਮ ਬੋਡੀ ਵਟ ਦਾ ਪਚੰਗੀ ਕੀਪ ਔਨ ਛੋਟੇ ਜੈਕਾਰਾ ਛੋਟੇ ਜੈਕਾਰੇ ਆਫਟਰ ਦਿਸ ਕਾਪ ਸਟੁਕ ਆਫ ਹਿਸ ਆਈ ਐਂਡ ਥਰੂ ਹਿਮ ਇਨ ਦਾ ਵੈਲ ਨੀਅਰ ਬਾਈ ਆਫਟਰਵਰਡ ਦਾ ਬੋਡੀ ਵਾਸ ਫਾਊਂਡ ਫਰਮ ਦਾ ਵੈਲ ਸਮ ਟਾਈਮ ਬੈਕ ਇਨ ਦਾ ਪਿਕਚਰ ਆਫ ਕਾਕਾ ਇੰਦਰਜੀ ਸਿੰਘ ਪਲੇਸਡ ਇਨ ਦਾ ਸੈਂਟਰਲ ਸਿੱਖ ਮਿਊਜ਼ੀਅਮ ਦਰਬਾਰ ਸਾਹਿਬ ਬਿਫੋਰ ਪੋਰਟਰ ਆਫ ਸ਼ੀ ਸਰਦਾਰ ਭਗਤ ਸਿੰਘ ਦੀ ਜਿਹੜੀ ਇੱਥੇ ਫੋਟੋ ਲਾਈ ਹੈ ਉਹਦੇ ਨਾਲ ਹੀ ਉਹਦੀ ਫੋਟੋ ਲੱਗੀ ਆ ਤੇ ਸਾਡਾ ਸਲੂਟ ਜਿਹੜਾ ਹੈਗਾ ਸ਼ਹੀਦਾਂ ਨੂੰ ਪ੍ਰਣਾਮ ਹੈਗਾ ਮੇਰੇ ਵੀਰੋ ਇਹ ਪ੍ਰੋਗਰਾਮ ਇਸ ਟਾਈਮ ਜਿਹੜਾ ਚੱਲਿਆ ਹੈਗਾ ਯਾ YouTube ਤੇ ਚੱਲਿਆ ਹੈ। ਤੋ ਇਹ 21 ਸਤੰਬਰ 1960 ਨੂੰ ਸਾਡੇ ਨਾਲ ਸਾਾਕਾ ਕੀ ਹੋਇਆ। ਅੱਗੇ ਕੁਝ ਹੋਰ ਬਹੁਤ ਕੁਝ ਹੋਣਾ ਹੈ। ਤੁਸੀਂ ਦੇਖਦੇ ਰਹੋ ਤੇ ਜਦ ਤੱਕ ਮੇਰੇ ਵੀਰੋ ਸੈਲਵ ਡਿਟਰਮਿਨਸ਼ਨ ਤੁਸੀਂ ਗੱਲ ਨਹੀਂ ਕਰਦੇ ਮੈਂ ਹੁਣੇ ਵੋਟਾਂ ਦੀ ਗੱਲ ਕਰਤੀ ਹੈ ਅੰਡਰ UNO ਗਰਵਾਨ ਸਿੰਘ ਪੰਨੂ ਐਂਡ ਸਿੱਖ ਫੋਰ ਜਸ ਦੀ ਟੀਮ ਜਿਹੜੀ ਆ ਉਹ ਬਹੁਤ ਇੱਕ ਮਿਹਨਤ ਕਰ ਰਹੀ ਆ। ਮੈਂ ਫੋਨ ਨੰਬਰ 2064123484 ਤੇ ਅਸੀਂ ਜਿਹੜਾ ਉੱਥੇ ਹੰਗਾਰਾ ਜਿਹੜਾ ਬ੍ਰੈਂਪਟਨ ਸਿਟੀ ਦੇ ਵਿੱਚ ਮਿਲਿਆ ਬਹੁਤ ਆਈਸਲੂਟ एवरीवन ਬਹੁਤ ਸਕਸੈਸਫੁਲ ਇੱਕ ਜਿਹੜੀ ਆ ਉਹ ਰੈਫਰਡ ਹੋਇਆ ਆ ਤੇ ਇਸ ਤਰ੍ਹਾਂ ਹੀ ਹੁਣ ਹੋਰ ਕੈਨੇਡਾ ਦੇ ਸ਼ਹਿਰਾਂ ਵਿੱਚ ਹੋਣਾ ਆ ਤੇ ਉੱਥੇ ਵੀ ਲੱਖਾਂ ਲੋਕੀ ਜਿਹੜੇ ਹੈਗੇ ਆ ਉਹ ਘਰਾਂ ਨੂੰ ਮੁੜ ਕੇ ਗਏ ਪੂਰੀਆਂ 5:00 ਤੋਂ 9 ਤੋਂ 5:00 ਤੱਕ ਵੋਟਾਂ ਪਈਆਂ ਜਿਹਦੇ ਵਿੱਚ ਬਹੁਤ ਲੋਕੀ 2-3 ਮੀਲ ਤੱਕ ਲਾਈਨ ਫਿਰ ਲੱਗੀ ਰਹੀ ਆ ਲੋਕੀ ਉੱਥੇ ਵੋਟਾਂ ਪਾ ਨਹੀਂ ਸਕੇ ਸੋ ਉਹਨਾਂ ਲਈ ਇੱਕ ਸੈਸ਼ਨ ਸੈਕੰਡ ਸੈਸ਼ਨ ਜਿਹੜਾ ਆ ਉਹ ਫਿਰ ਥੋੜੇ ਦਿਨਾਂ ਨੂੰ ਡਿਕਲੇਅਰ ਕਰਨਗੇ ਅਸੀਂ ਜਿੱਦਾਂ ਸਾਨੂੰ ਪਤਾ ਲੱਗੂਗਾ ਸਾਨੂੰ ਜਿਹੜੇ ਨੁਮਾਇੰਦੇ ਹੈਗੇ ਆ ਉਹ ਸਾਨੂੰ ਦੱਸਣਗੇ ਤੁਹਾਡੇ ਨਾਲ ਉਹ ਸ਼ੇਅਰ ਜਰੂਰ ਕਰਾਂਗੇ ਇਹ ਪ੍ਰੋਗਰਾਮ ਇਸ ਟਾਈਮ YouTube ਇਨਕਲਾਬ ਤੇ ਚੱਲ ਰਿਹਾ ਮੇਰੇ ਵੀਰੋ ਇਹਨੂੰ ਸਬਸਕ੍ਰਾਈਬ ਕਰੋ ਥੋੜਾ ਬਹੁਤਾ ਮੈਨੂੰ ਹੌਸਲਾ ਦਿਓ ਫੋਨ ਨੰਬਰ 2064123484 ਮੈਂ ਵੀਰੋ ਤੁਹਾਡੇ ਕੋਲੋਂ ਪੈਸੇ ਨਹੀਂ ਮੰਗਦਾ ਕੁਝ ਨਹੀਂ ਤੁਹਾਨੂੰ ਕਹਿੰਦਾ ਸਿਰਫ ਤੁਸੀਂ ਜਿਹੜਾ ਮੈਨੂੰ ਇੱਕ ਹੌਸਲਾ ਦਿਓ ਫੋਨ ਨੰਬਰ 2064123484 3484 ਇਹ ਪ੍ਰੋਗਰਾਮ ਅਸੀਂ ਲੈ ਕੇ ਇਸ ਤਰ੍ਹਾਂ ਕੋਈ ਨਾ ਕੋਈ ਜਿਹੜੇ ਆ ਹਿਸਟੋਰੀਕਲ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਅਸੀਂ ਥੋੜੇ ਚਿਰ 15-20 ਮਿੰਟ ਦੀ ਬਾਅਦ ਤੁਹਾਡੇ ਨਾਲ ਜੋ ਸਾਡੇ ਟੂਡੇ ਰੰਡ ਇੰਡੀਆ ਪੋਲਿਟਿਕ ਜਿਹੜੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਨੇ ਵੀ ਜੁੜਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਥੈਂਕ ਯੂ ਤੇ ਇਸ ਕਰਕੇ ਮੇਰੇ ਆਪਣੇ ਮੇਰੇ ਆਪਣੇ ਆਪ ਨੂੰ ਐਜੂਕੇਟ ਕਰੋ ਲੋਕਾਂ ਨੂੰ ਦੱਸੋ ਅੱਜ ਕੱਲ ਆਪਸ਼ਨ ਕਿਹੜੀ ਹੈਗੀ ਆ ਰੈਫਡਮ ਇਲੈਕਸ਼ਨ ਜਿਹੜੀ ਹੈਗੀ ਆ 2020 ਰੈਫਡਮ ਗਰਵੰਦ ਸਿੰਘ ਪੰਨੂ ਸਿੱਖਪੁਰ ਜੱਸਰ ਟੀਮ ਜੋ ਜਗ੍ਹਾ ਜਗ੍ਹਾ ਤੇ ਟਰਾਈ ਕਰ ਰਹੀ ਆ ਉਹਨਾਂ ਹੀ ਤੁਸੀਂ ਸਾਰਿਆਂ ਨੂੰ ਸਪੋਰਟ ਕਰਨਾ 15 ਮਿੰਟ ਬਾਅਦ ਫਿਰ ਅਸੀਂ ਮੁੜ ਕੇ ਜੋੜਦੇ ਤੇ ਅਸੀਂ ਖਬਰਾਂ ਅੱਜ ਦੀਆਂ ਖਬਰਾਂ ਜਿਹੜੀਆਂ ਲੈ ਕੇ ਹਾਜ਼ਰ ਹੋਵਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਸਲੂਟ ਕਾਕਾ ਇੰਦਰਜੀਤ ਸਿੰਘ 1960 ਦੇ ਵਿੱਚ ਜੋ ਉਹਨੇ ਆਪਣੇ ਆਪ ਨੂੰ ਜਿਹੜਾ ਵਾਰਿਆ ਉਹ ਹੀ ਵਾਸ ਦਾ ਰੋਲ ਮਾਡਲ ਫਾਰ आवर ਕਿਡਸ ਸੋ ਮੇਰੇ ਵੀਰੋ ਸਾਨੂੰ ਬੱਚਿਆਂ ਨੂੰ ਇਹ ਦੱਸਣ ਦੀ ਜ਼ੋਰਤ ਹੈਗੀ ਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ